ਗੌਤਮ ਰਿਖੀ, ਤੁਸੀਂ ਮੈਨੂੰ ਸਰਾਪ ਇਸ ਲਈ ਨਹੀਂ ਦਿੱਤਾ ਕਿ ਰਾਤੀ ਮੈਂ ਇੰਦਰ ਨਾਲ ਦੇਹ ਸਾਂਝੀ ਕੀਤੀ ਹੈ, ਸਗੋਂ ਇਸ ਲਈ ਕਿ ਰਾਤੀ ਆਪ ਨੂੰ ਪਤਾ ਲੱਗ ਗਿਆ ਹੈ ਕਿ ਮੈਂ ਵੀ ਜਾਣ ਗਈ ਹਾਂ ਕਿ ਉਹ ਇੰਦਰ ਕੌਣ ਹੈ। ਹੁਣ ਜਸਲੀ ਇੰਦਰ ਨੂੰ ਪਛਾਣ ਤਾਂ ਮੈਂ ਪਹਿਲੀ ਰਾਤ ਹੀ ਲਿਆ ਸੀ, ਪਰ ਮੈਂ ਵੇਖ ਕੇ ਅਣਡਿੱਠ ਕਰਦੀ ਰਹੀ। ਮੈਂ ਜਾਣਦੀ ਸੀ ਕਿ ਮਨੁੱਖ ਨੂੰ ਜਦ ਵੀ ਪਤਾ ਚੱਲਦਾ ਹੈ ਕਿ ਨਾਰੀ ਵੇਖਣ ਲੱਗ ਪਈ ਹੈ, ਉਹ ਉਸ ਦੀ ਅੱਖ ਬੰਦ ਕਰ ਦਿੰਦਾ ਹੈ। ਨਾਰੀ ਦਾ ਆਪਣੀ ਅੱਖ ਨਾਲ ਵੇਖਣਾ ਹੀ ਉਸ ਦਾ ਸਰਾਪ ਹੈ, ਪਰ ਨਾਰੀ ਫਿਰ ਵੀ ਵੇਖਦੀ ਹੈ। ਉਸਦੇ ਅੰਗ ਅੰਗ 'ਤੇ ਅੱਖਾਂ ਲੱਗੀਆਂ ਹੋਈਆਂ ਹਨ। ਜਦੋਂ ਬੰਦਾ ਉਹਦੇ ਸਰੀਰ ਵਿੱਚ ਅੰਨਾ ਹੋ ਜਾਂਦਾ ਹੈ, ਉਹ ਉਦੋਂ ਵੀ ਜਾਗ ਰਹੀ ਹੁੰਦੀ ਹੈ। ਨਾਰੀ ਜਾਗਦੇ ਸਰੀਰ ਵਾਲੀ ਚੇਤਨਾ ਹੈ, ਪਰ ਨਾਰੀ ਲਈ ਗਿਆਨ ਮੁਕਤੀ ਨਹੀਂ, ਅਭਿਸ਼ਾਪ ਹੈ। ਉਹ ਸਰਾਪ ਤੋਂ ਸਰਾਪ ਤੱਕ ਚਾਹੁੰਦੀ ਹੈ। ਜਦੋਂ ਵੀ ਉਸਦੀ ਅੱਖ ਖੁੱਲ੍ਹਣ ਲੱਗਦੀ ਹੈ, ਨਵੇਂ ਸਰਾਪ ਵਿੱਚ ਸੁੱਟੀ ਜਾਂਦੀ ਹੈ। ਮੇਰਾ ਅਪਰਾਧ ਇਹੀ ਹੈ ਕਿ ਮੈਂ ਰਾਤ ਦੇ ਹਨੇਰੇ ਵਿੱਚ ਵੀ ਵੇਖ ਸਕਦੀ ਹਾਂ ਕਿ ਦਿਨ ਵਾਲਾ ਗੌਤਮ ਰਾਤ ਨੂੰ ਇੰਦਰ ਕਿਵੇਂ ਬਣਦਾ ਹੈ। ਮੈਂ ਵੇਖ ਸਕਦੀ ਹਾਂ ਕਿ ਤੂੰ ਦਿਨੇ ਵੀ ਅੱਧਾ ਹੈ, ਰਾਤ ਨੂੰ ਵੀ ਅੱਧਾ, ਨਾ ਪੂਰਾ ਗੌਤਮ ਅਤੇ ਨਾ ਪੂਰਾ ਇੰਦਰ, ਦਿਨੇ ਗੌਤਮ ਰਾਤ ਨੂੰ ਇੰਦਰ। ਪਰ ਮੈਂ ਦਿਨੇ ਵੀ ਅਹਿੱਲਿਆ ਹਾਂ ਅਤੇ ਰਾਤ ਨੂੰ ਵੀ ਅਹਿੱਲਿਆ, ਦਿਨੇ ਵੀ ਪੂਰੀ ਰਾਤ ਨੂੰ ਵੀ ਪੂਰੀ, ਇੰਦਰ ਨਾਲ ਵੀ ਉਹੀ ਅਹਿੱਲਿਆ, ਗੌਤਮ ਨਾਲ ਵੀ ਉਹੀ ਅਹਿੱਲਿਆ, ਨਾ ਇੰਦਰ ਨਾਲ ਝੂਠੀ ਹੁੰਦੀ ਹਾਂ ਨਾ ਗੌਤਮ ਨਾਲ ਸੱਚੀ। ਪਰ ਤੂੰ ਅੱਧਾ ਦਿਨ ਵਿੱਚ ਖੜ੍ਹਾ ਹੈ, ਅੱਧਾ ਰਾਤ ਵਿੱਚ, ਅੱਧਾ ਮੇਰੇ ਵਿੱਚ, ਅੱਧਾ ਮੈਥੋਂ ਬਾਹਰ। ਰਾਤ ਨੂੰ ਮੇਰੇ ਕੋਲ ਆਉਂਦਾ ਹੈ ਅਤੇ ਤੇਰੇ ਅੰਗ ਅੰਗ ਉੱਤੇ ਪੱਗ ਚੰਬੜੀ ਹੁੰਦੀ ਹੈ। ਤੂੰ ਇੱਕੋ ਵੇਲੇ ਸਹੰਸਰ ਪੱਗਾਂ ਵਿੱਚ ਗਰਕਦਾ ਹੈ, ਦਿਨ ਵੇਲੇ ਸਾਧਨਾ ਦੀ ਸਹੰਸਰ ਧਾਰਾ ਹੇਠ ਖੜ੍ਹਾ ਸੂਰਤ ਤੋਂ ਪੱਗ ਦੇ ਦਾਗ ਧੋਂਦਾ ਹੈ। ਤੇਰੀ ਸਾਰੀ ਪਾਠ ਪੂਜਾ ਪੱਗ ਤੋਂ ਬਾਹਰ ਨਿਕਲਣ ਦੀ ਹੈ। ਮੈਂ ਜਾਣਦੀ ਹਾਂ ਕਿ ਮੈਂ ਕੇਵਲ ਪੱਗ ਨਹੀਂ, ਨਾ ਹੀ ਪੱਗ ਤੋਂ ਭਗਵਾਨ ਤੱਕ ਪਹੁੰਚਣ ਵਾਲੀ ਪੌੜੀ, ਨਾ ਮੇਰੀ ਦੇਹ ਇੰਦਰ ਦੇ ਵਿਲਾਸ ਲਈ ਹੈ, ਨਾ ਗੌਤਮ ਦੇ ਆਤਮਕ ਅਭਿਆਸ ਲਈ, ਨਾ ਮੈਂ ਉਹ ਖੁਰਖੇਤਰ ਹਾਂ ਜਿੱਥੇ ਖੜ੍ਹ ਕੇ ਇੰਦਰ ਅਤੇ ਗੌਤਮ ਲੜਦੇ ਨੇ। ਮੈਂ ਜਾਣਦੀ ਹਾਂ ਇੰਦਰ ਅਤੇ ਗੌਤਮ ਇੱਕੋ ਬੰਦੇ ਦੀਆਂ ਦੋ ਅੱਖਾਂ ਹਨ। ਇੰਦਰ ਦੀ ਅੱਖ ਕੇਵਲ ਮੇਰੀਆਂ ਛਾਤੀਆਂ ਅਤੇ ਹੋਂਠ ਵੇਖਦੀ ਹੈ ਜਾਂ ਲੱਤਾਂ ਵਿਚਕਾਰ ਲਿਖਾ ਹੀ। ਗੌਤਮ ਦੀ ਅੱਖ ਮੈਨੂੰ ਵੇਖਦੀ ਹੀ ਨਹੀਂ, ਇੱਕ ਕਾਮ ਨਾਲ ਅੰਨੀ, ਦੂਜੀ ਗਿਆਨ ਨਾਲ। ਦੋਹਾਂ ਅੱਖਾਂ ਵਿੱਚ ਨਾਰੀ ਵੇਖਣ ਵਾਲੀ ਦ੍ਰਿਸ਼ਟੀ ਨਹੀਂ ਹੈ। ਰਿਖੀਵਰ, ਮੈਂ ਕਿਸੇ ਧਰਮ ਕਰਮ ਦਾ ਵਿਰੋਧ ਨਹੀਂ ਕੀਤਾ, ਨਾ ਹੀ ਕੋਈ ਲਛਮਣ ਰੇਖਾ ਉਲੰਘੀ ਹੈ। ਮੈਂ ਤਾਂ ਬਸ ਇਹ ਵੇਖਣਾ ਚਾਹਿਆ ਸੀ ਕਿ ਮੇਰਾ ਸਰੀਰ ਕਿੰਨਾ ਕੁ ਮੇਰਾ ਹੈ, ਕਿ ਮੇਰੇ ਹੋਂਠ ਤੇਥੋਂ ਪੁੱਛੇ ਬਿਨਾਂ ਮੁਸਕਰਾ ਸਕਦੇ ਹਨ, ਅੱਖਾਂ ਉੱਧਰ ਝਾਂਕ ਸਕਦੀਆਂ ਹਨ ਜਿੱਧਰ ਤੂੰ ਨਹੀਂ ਝਾਕਦਾ। ਬਾਹਰੋਂ ਤੁਰਦਾ ਫਿਰਦਾ ਸੁਪਨਾ ਮੇਰੇ ਨੈਣਾਂ ਵਿੱਚ ਪਲ ਭਰ ਅਟਕ ਸਕਦਾ ਹੈ, ਕਿ ਮੇਰੇ ਪੈਰ ਉਸ ਰਾਹ ਉੱਤੇ ਤੁਰ ਸਕਦੇ ਹਨ ਜਿਹੜਾ ਤੇਰੀਆਂ ਪੈੜਾਂ ਨੇ ਬਿਹਾ ਨਹੀਂ ਕੀਤਾ। ਮੈਂ ਤਾਂ ਇਹੀ ਵੇਖਣਾ ਚਾਹਿਆ ਸੀ ਕਿ ਮੈਂ ਆਪਣੇ ਹੱਥ ਪੈਰ ਆਪਣੇ ਲਈ ਵਰਤ ਸਕਦੀ ਹਾਂ, ਆਪਣੇ ਅੰਗਾਂ ਵਿੱਚੋਂ ਆਉਂਦੀ ਮਹਿਕ ਸੁੰਘ ਸਕਦੀ ਹਾਂ, ਕਿ ਮੈਂ ਕੁੱਚਰ ਲਈ ਇਹ ਭੁੱਲ ਸਕਦੀ ਹਾਂ ਕਿ ਮੈਂ ਆਪਣੇ ਲੰਬੇ ਕੇਸ ਕੇਵਲ ਤੇਰੇ ਲਈ ਹੀ ਨਹੀਂ ਗੁੰਦਣੇ, ਤੇਰੇ ਲਈ ਹੀ ਨਹੀਂ ਸ਼ਿੰਗਾਰ ਲਾਉਣਾ। ਮੈਂ ਤਾਂ ਆਪਣੇ ਸਾਰੇ ਅੰਗਾਂ ਨਾਲ ਆਪਣੇ ਲਈ ਜਿਉਣ ਦੀ ਕਾਮਨਾ ਹੀ ਕੀਤੀ ਸੀ। ਜੇ ਮੇਰੇ ਅੰਗ ਮੇਰੇ ਨਹੀਂ ਤਾਂ ਮੈਂ ਇਹਨਾਂ ਦਾ ਭਾਰ ਕਿਉਂ ਚੁੱਕਦੀ ਹਾਂ? ਜੇ ਇਹਨਾਂ ਅੰਗਾਂ ਦਾ ਸਵਾਦ ਤੇਰਾ ਹੈ ਤਾਂ ਇਹਨਾਂ ਅੰਗਾਂ ਦੀ ਪੀੜ ਕਿਉਂ ਮੇਰੀ ਹੈ? ਟੁੱਟ ਭੱਜ ਕਿਉਂ ਮੇਰੀ ਹੈ? ਝੁਰੜੀਆਂ ਕਿਉਂ ਮੇਰੀਆਂ ਹਨ? ਤੇਰਾ ਸਰਾਪ ਲੈ ਕੇ ਮੈਂ ਤੇਥੋਂ ਮੁਕਤ ਹੋ ਗਈ ਹਾਂ। ਮੈਂ ਆਪਣੇ ਸਾਰੇ ਅੰਗ ਤੇਥੋਂ ਵਾਪਸ ਮੰਗਦੀ ਹਾਂ। ਪੱਥਰ ਦੇ ਹੀ ਸਹੀ, ਪਰ ਹੁਣ ਉਹ ਮੇਰੇ ਹਨ। ਪੱਥਰ ਬਣ ਕੇ ਮੈਂ ਮਰਦੇ ਪਥਰੀਲੇ ਸਦਾਚਾਰ ਵਿੱਚੋਂ ਨਿਕਲ ਗਈ ਹਾਂ। ਮੇਰੇ ਜਨਮ ਤੋਂ ਪਹਿਲਾਂ ਹੀ ਮੈਨੂੰ ਗਹਿਣੇ ਤਾਂ ਦਿੱਤਾ ਗਿਆ ਸੀ। ਤੇਰੇ ਹੱਥਾਂ ਵਿੱਚ ਆਉਣ ਤੋਂ ਪਹਿਲਾਂ ਮੈਂ ਕਿਸੇ ਹੋਰ ਦੇ ਹੱਥਾਂ ਵਿੱਚ ਸੀ। ਸਰਾਪ ਪਿੱਛੋਂ ਮੈਂ ਕਿਸੇ ਹੋਰ ਦੇ ਹੱਥਾਂ ਵਿੱਚ ਨਹੀਂ ਹੋਵਾਂਗੀ।
मैं इस कर्म रेखा तो मुक्त हो गई हाँ। पत्थर बनके मैं विकांगी नहीं।